ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰੇ ਵਿੱਚ ਬਣੇ ਗੁਰੂ ਹਰਕਿਸ਼ਨ ਹਸਪੀਟਲ ਨੂੰ ਲੈ ਕੇ 2 ਮਾਰਚ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਭੂ ਪ੍ਰਧਾਨ ਅਤੇ ਪੋਗਲ ਦੀ ਜਨਤਾ ਵਿੱਚ ਜੰਮ ਕੇ ਹੰਗਾਮਾ ਹੋਇਆ, ਜਿਹਦੇ ਚੱਲਦਿਆਂ ਪੁਲਿਸ ਨੇ ਪੋਗਲ ਇਲਾਕੇ ਦੀ ਜਨਤਾ ਉੱਤੇ ਆਸੂ ਗੈਸ ਦੇ ਗੋਲੇ ਛੱਡੇ ਕਾਰਨ ਗੁਰਦੁਆਰੇ ਵਿੱਚ ਚੱਲ ਰਹੇ ਪਾਠ ਅਖੰਡ ਹੋਇਆ। ਇਸ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਪੋਗਲ ਨੇ ਬਾਲਾ ਸਾਹਿਬ ਗੁਰਦੁਆਰੇ ਵਿੱਚ 3100 ਰੁਪਏ ਦੇ ਕੇ ਅਖੰਡ ਪਾਠ ਦੀ ਪਰਚੀ ਕਟਾਈ ਸੀ, ਪਰ ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਨੇ ਕੁਲਦੀਪ ਸਿੰਘ ਪੋਗਲ ਨੂੰ ਅਤੇ ਪੋਗਲ ਦੀ ਜਨਤਾ ਨੂੰ ਅਖੰਡ ਪਾਠ ਨਹੀਂ ਕਰਨ ਦਿੱਤਾ, ਜਿਸ ਕਾਰਨ ਪੋਗਲ ਦੀ ਜਨਤਾ ਵਿੱਚ ਤੇ ਕੁਲਦੀਪ ਪੋਗਲ ਵਿੱਚ ਆਕਰੋਸ਼ ਪੈਦਾ ਹੋ ਗਿਆ। ਇਸ ਲਈ ਕੁਲਦੀਪ ਸਿੰਘ ਪੋਗਲ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਲੈ ਕੇ ਅਕਾਲ ਤਖ਼ਤ ਪਹੁੰਚੇ ਹੋਰ ਆਪਣੀ ਸ਼ਿਕਾਇਤ ਦਰਜ ਕਰਾਈ ਤੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਉੱਤੇ ਕੜੀ ਕਾਰਵਾਈ ਕਰਨ ਦੀ ਦਰਖਾਸਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿੱਲੀ ਤੋਂ ਕੁਝ ਸੰਗਤਾਂ ਦੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਪੋਗਲ ਦਿੱਲੀ ਗੁਰਦੁਆਰਾ ਬਾਲਾ ਸਾਹਿਬ ਦੇ ਹੋਸਪਿਟਲ ਦੇ ਸੰਬੰਧ ਵਿੱਚ ਕੇਸ ਲੈ ਕੇ ਆਏ ਨੇ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਇਸ ਦੇ ਉੱਤੇ ਵਿਚਾਰ ਕੀਤੀ ਜਾਵੇਗੀ। ਜੋ ਵੀ ਪੰਜ ਸਿੰਘ ਸਾਹਿਬਾਨਾਂ ਦਾ ਵਿਚਾਰ ਹੋਵੇਗਾ ਉਸ ਤੋਂ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ। ਮੈਂ ਕੁਲਦੀਪ ਸਿੰਘ ਪੋਗਲ, ਨੈਸ਼ਨਲ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਨਾਲ ਸਰਦਾਰ ਕੁਲਮੋਹਨ ਸਿੰਘ ਜੀ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਅਸੀਂ ਇੱਕ ਡੈਪੂਟੇਸ਼ਨ ਅੱਜ ਸਿੰਘ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਆਇਆ ਹੈ। ਅੱਜ 3-4 ਸਾਲ ਤੋਂ ਗੁਰਦੁਆਰਾ ਬਾਲਾ ਸਾਹਿਬ ਦੇ ਵਿੱਚ ਗੁਰੂ ਹਰਕ੍ਰਿਸ਼ਨ ਹਸਪਤਾਲ ਦਾ ਜੋ ਮਾਮਲਾ ਹੈ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਹੈ। ਪਹਿਲੇ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਜਿਹਦੇ 'ਤੇ 420 ਦਾ ਕੇਸ ਬਣਿਆ, ਇਹਨੇ ਪਹਿਲੇ ਇਸ ਹਸਪਤਾਲ ਨੂੰ ਮਨੀਪਾਲ ਗਰੁੱਪ ਨੂੰ ਦਿੱਤਾ। ਉਸ ਤੋਂ ਬਾਅਦ BL ਕਪੂਰ ਨੂੰ ਦਿੱਤਾ। ਜਦ ਉੱਥੇ ਪਰਮਜੀਤ ਸਿੰਘ ਸਰਨਾ ਦਾ ਭਰਾ ਹਰਵਿੰਦਰ ਸਿੰਘ ਸਰਨਾ ਉੱਥੇ BL ਕਪੂਰ ਨੂੰ ਭੂਮੀ ਪੂਜਨ ਕਰਵਾਉਣ ਵਾਸਤੇ ਗੁਰਦੁਆਰਾ ਬਾਲਾ ਸਾਹਿਬ ਦੇ ਵਿੱਚ ਆਇਆ, ਅਤੇ ਉੱਥੇ ਇਲਾਕੇ ਦੀ ਸਮੂਹ ਸੰਗਤ ਨੇ ਇਹਦਾ ਵਿਰੋਧ ਕੀਤਾ। ਬਾਈ ਸਿੱਖ ਮਰਿਆਦਾ ਜੋ ਹੈ ਉਹ ਭੂਮੀ ਪੂਜਨ ਨਹੀਂ ਹੁੰਦਾ, ਅਤੇ ਇਹ ਜੋ ਹਸਪਤਾਲ ਹੈ ਇਹ ਸੇਵਾ ਦੇ ਪੁੰਜ ਬਾਬਾ ਹਰਬੰਸ ਸਿੰਘ ਜੀ ਨੇ ਲੋਕਾਂ ਕੋਲੋਂ ਪੈਸੇ ਲੈ ਕੇ ਇਹਦੀ ਕਾਰ ਸੇਵਾ ਕੀਤੀ ਅਤੇ ਹਸਪਤਾਲ ਇਹ ਤਿਆਰ ਕੀਤਾ। ਜਦ ਲੋਕਾਂ ਨੇ ਵਿਰੋਧ ਕੀਤਾ ਅਤੇ ਸਰਨਾ ਦੇ ਭਰਾ ਨੇ ਉੱਥੇ ਪੁਲਿਸ ਬੁਲਾ ਕੇ ਜੋ ਇਲਾਕੇ ਦੀ ਸੰਗਤ ਸੀ ਉਹਦੇ 'ਤੇ ਲਾਠੀਚਾਰਜ ਕਰਵਾਇਆ, ਗੋਲੀ ਚਲਵਾਈ, ਅਤੇ ਪੁਲਿਸ ਨੇ ਅੰਦਰ ਜੁੱਤੀਆਂ ਪਾ ਕੇ ਐਂਟਰ ਕੀਤਾ ਅਤੇ ਨਾਲ ਹੀ ਆਸੂ ਗੈਸ ਦੇ ਗੋਲੇ ਛੋੜੇ ਗਏ। ਉਹ ਗੋਲੇ ਜਦ ਛੁੱਟੇ ਤੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਦੇ ਅੰਗੀਠੇ ਵਿੱਚ ਜੋ ਪਾਠੀ ਸਿੰਘ ਪਾਠ ਕਰ ਰਹੇ ਸੀ ਉਹ ਪਾਠ ਖੰਡਿਤ ਹੋ ਗਏ। ਅਸੀਂ 2 ਤਰੀਕ ਨੂੰ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਠ ਰੱਖਣ ਦੀ 3100 ਦੀ ਰਸੀਦ ਕਟਾਈ ਅਤੇ ਅਸੀਂ ਪਾਠ 7 ਮਾਰਚ ਨੂੰ ਰੱਖਣਾ ਸੀ, ਮਗਰ ਅਫਸੋਸ ਦੀ ਗੱਲ ਹੈ ਕਿ ਜਦ ਅਸੀਂ ਪਾਠ ਰੱਖਣ ਵਾਸਤੇ ਗਏ ਅਸੀਂ ਰਸੀਦ ਦਿਖਾਈ 3100 ਰੁਪਏ ਦੀ, ਉਹ ਰਸੀਦ ਸਾਨੂੰ
ਉਹਨਾਂ ਨੇ ਚੁੱਕ ਕੇ ਪਰੇ ਸੱਟ ਦਿੱਤੀ ਤੇ ਇਹ ਕਿਹਾ ਕਿ ਅਸੀਂ ਪਾਠ ਨਹੀਂ ਰੱਖਣ ਦਿਆਂਗੇ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਇਹ ਜੋ ਪਾਠ ਖੰਡਿਤ ਹੋਏ ਹਨ ਅੱਜ ਅਸੀਂ ਪਛਤਾਤਾਪ ਕਰਨਾ ਹੈ, ਅਸੀਂ ਪਾਠ ਰਖਵਾਉਣਾ ਹੈ, ਮਗਰ ਉਹਨਾਂ ਨੇ ਪਾਠ ਰੱਖਣ ਨਹੀਂ ਦਿੱਤਾ। ਇਹ ਧਾਰਮਿਕ ਮਾਮਲਾ ਹੈ, ਜੋ ਕਾਨੂੰਨ ਹੈ ਉਹ ਆਪਣਾ ਕੰਮ ਕਰਦਾ ਪਿਆ ਹੈ। ਅਸੀਂ ਅੱਜ ਅਕਾਲ ਤਖ਼ਤ ਸਾਹਿਬ 'ਤੇ ਇਸ ਵਜ੍ਹਾ ਨਾਲ ਆਏ ਹਾਂ ਕਿ ਇਹ ਧਾਰਮਿਕ ਸਿੱਖਾਂ ਦਾ ਧਾਰਮਿਕ ਮਾਮਲਾ ਹੈ, ਔਰ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ, ਸਿੰਘ ਸਾਹਿਬ ਜੀ ਤੁਸੀਂ ਇਸ ਮਸਲੇ ਦੇ ਵਿੱਚ ਇਹਨੂੰ ਗੰਭੀਰਤਾ ਨਾਲ ਲਓ, ਔਰ ਜੋ ਲੋਕ ਇਹਦੇ ਵਿੱਚ ਦੋਸ਼ੀ ਹਨ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਏ। ਔਰ ਉਹਨਾਂ ਨੇ ਕਿਹਾ ਹੈ ਕਿ ਸਿੰਘ ਸਾਹਿਬਾਨਾਂ ਦੀ ਮੈਂ ਵਿਸਾਖੀ ਤੋਂ ਬਾਅਦ ਮੀਟਿੰਗ ਬੁਲਾਵਾਂਗਾ, ਔਰ ਉਹਦੇ ਦੇ ਵਿੱਚ ਇਹ ਮਸਲਾ ਰੱਖਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ, ਔਰ ਅੱਜ ਸਿੰਘ ਸਾਹਿਬ ਨੂੰ ਅਸੀਂ ਆ ਕੇ ਅਕਾਲ ਤਖ਼ਤ ਸਾਹਿਬ 'ਤੇ ਮਿਲੇ ਹਾਂ, ਔਰ ਬੇਨਤੀ ਕੀਤੀ ਹੈ ਕਿ ਇਸ ਧਾਰਮਿਕ ਮਸਲੇ ਦੇ ਉੱਤੇ ਤੁਸੀਂ ਆਪਣੇ ਵੱਲੋਂ ਜਿਹੜੀ ਹੈ ਉਚਿਤ ਕਾਰਵਾਈ ਕਰੋ, ਕਿਉਂਕਿ ਜਿਹੜੀਆਂ ਧਾਰਮਿਕ ਪਰੰਪਰਾਵਾਂ ਨੇ ਜਿਹੜਾ ਤਾਂ ਕਾਨੂੰਨੀ ਕਾਰਵਾਈ ਜਿਸ ਤਰ੍ਹਾਂ ਭੂਗੋਲ ਸਾਹਿਬ ਨੇ ਗੱਲ ਕੀਤੀ ਹੈ, ਕਾਨੂੰਨ ਆਪਣਾ ਸਮੇਂ ਦੇ ਹਿਸਾਬ ਨਾਲ ਕੰਮ ਕਰੇਗਾ, ਔਰ ਉਹ ਆਪਣੇ ਆਪ ਉਹਦੇ ਜਿਹੜੇ ਕਾਨੂੰਨੀ ਹੈ ਨੇ ਉਹ ਤਰੀਕੇ ਨਾਲ ਨਜਿੱਠਣਗੇ। ਲੇਕਿਨ ਜਿੱਥੋਂ ਤੱਕ ਧਾਰਮਿਕ ਮਸਲੇ ਦੀ ਗੱਲ ਹੈ, ਮੈਂ ਸਮਝਦਾ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਭ ਤੋਂ ਵੱਡੀ ਸਰਵੋੱਚ ਸੰਸਥਾ ਹੈ, ਔਰ ਇਸ ਸੰਸਥਾ 'ਤੇ ਆ ਕੇ ਗੁਹਾਰ ਕਰਨੀ, ਬੇਨਤੀ ਕਰਨੀ ਸਾਡਾ ਫਰਜ਼ ਬਣਦਾ, ਔਰ ਇਹ ਬੇਨਤੀ ਕੀਤੀ ਗਈ ਹੈ, ਔਰ ਸਾਨੂੰ ਆਸ ਹੈ ਕਿ ਜਿਹੜੀ ਇਹਦੀ ਲੋੜੀਂਦੀ ਕਾਰਵਾਈ ਹੈ ਸਿੰਘ ਸਾਹਿਬ ਜੋ ਮੁਨਾਸਿਬ ਸਿੱਖ ਪਰੰਪਰਾਵਾਂ ਦੇ ਹਿਸਾਬ ਨਾਲ ਦੇਖਣਗੇ ਉਹ ਜ਼ਰੂਰ ਕੁਝ ਨਾ ਕਰਨਗੇ, ਔਰ ਸਾਨੂੰ ਆਸ ਹੈ ਕਿ ਇਹ ਦੇ ਵਿੱਚ ਇਨਸਾਫ਼ ਜ਼ਰੂਰ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਵੇਖਣਾ ਇਹ ਹੈ ਕਿ ਅਕਾਲ ਤਖ਼ਤ ਤੇ ਪੰਜ ਜਥੇਦਾਰ ਸਰਨਾ ਦੇ ਕੀ ਕਾਰਵਾਈ ਕਰਦੇ ਹਨ, ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਨਿਊਜ਼ ਐਕਸ ਤੋਂ ਰਵਿੰਦਰ ਕੌਰ ਦੇ ਨਾਲ ਅਮਿਤ ਕੁਮਾਰ, ਸਿੱਖ ਵੌਇਸ ਆਫ਼ ਇੰਡੀਆ।